ਅਸਰ ਕੀ ਨਾਮ ਹੈ ਜੀ ਤੁਹਾਡਾ? ਨਰਿੰਦਰ ਕੁਮਾਰ। ਨਰਿੰਦਰ ਕੁਮਾਰ, ਨਰਿੰਦਰ ਕੁਮਾਰ ਜੀ ਕਿੱਥੋਂ ਆਏ ਤੁਸੀਂ? ਅਰਬਨ ਸਟੇਟ ਫੇਸ 1 ਤੋਂ ਟੈਲ। ਅੱਛਾ, ਤੁਹਾਨੂੰ ਕਦੋਂ ਤੋਂ ਪ੍ਰੋਬਲਮ ਸੀਗੀ? ਇਹ ਮਕਾਉ ਨਹੀਂ, ਹਫਤਾ ਕੋਈ ਪਹਿਲਾਂ ਪਤਾ ਚੱਲਿਆ ਜੀ, ਪਹਿਲਾਂ ਕਰਦੀ ਸੀ ਕਿ ਇੰਨਾ ਕੁਛ ਪਤਾ ਨਹੀਂ ਸੀ। ਅੱਛਾ, ਇਸ ਤੋਂ ਪਹਿਲਾਂ ਤੁਸੀਂ ਕੋਈ ਮੈਡੀਸਨ ਦਿੱਤੀ ਹੈ ਜੀ? ਨਹੀਂ। ਤੁਹਾਨੂੰ ਹਸਪੀਟਲ ਦਾ ਕਿੱਥੋਂ ਪਤਾ ਚੱਲਿਆ ਜੀ? ਇਹ ਸਾਡੇ ਰਿਸ਼ਤੇਦਾਰਾਂ ਨੇ ਦੋ ਬੰਦੇ ਪਹਿਲਾਂ ਆਪਰੇਸ਼ਨ ਕਰਾ ਚੁੱਕੇ ਨੇ। ਉਹਨਾਂ ਤੋਂ ਪਤਾ ਚੱਲਿਆ? ਹਾਂਜੀ। ਠੀਕ ਹੈ ਜੀ, ਤੇ ਤੁਹਾਨੂੰ ਇੱਥੇ ਆ ਕੇ ਕਿੱਦਾਂ ਦਾ ਲੱਗਿਆ? ਬਹੁਤ ਵਧੀਆ ਲੱਗਿਆ ਜੀ, ਠੀਕ ਹੈ। ਸਾਡੇ ਸਟਾਫ ਵੱਲੋਂ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ? ਨਹੀਂ, ਕੋਈ ਪ੍ਰੋਬਲਮ ਨਹੀਂ। ਤੇ ਤੁਹਾਨੂੰ ਕਿੱਦਾਂ ਲੱਗ ਰਿਹਾ ਹੁਣ ਆਪਰੇਸ਼ਨ ਕਰਾ ਕੇ? ਪਹਿਲਾਂ ਤੁਹਾਨੂੰ ਦੱਸ ਸੀਗਾ ਕੋਈ ਆਪਰੇਸ਼ਨ ਨੂੰ ਲੈ ਕੇ? ਹਾਂਜੀ, ਪਹਿਲਾਂ ਮੈਂ ਪਹਿਲੀ ਵਾਰੀ ਇੰਦਰਾ ਸਰ ਹੋਸਪਿਟਲ ਚ ਆਇਆ ਸੀ, ਗਲੂਕੋਸ ਵੀ ਅੱਜ ਪਹਿਲੀ ਵਾਰੀ ਮੇਰੇ ਲੱਗਿਆ ਸੀ, ਕਿਤੇ ਪਹਿਲਾਂ ਮੈਂ ਗਲੂਕੋਸ ਤੱਕ ਵੀ ਨਹੀਂ ਕਿਤੇ ਲਵਾਇਆ ਗਿਆ। ਇਹ ਤੋਂ ਪਹਿਲਾਂ ਫਿਰ ਤੁਸੀਂ ਦੱਸਦੇ ਹੋਵੋਗੇ ਨਾ ਕਿ ਆਪਰੇਸ਼ਨ ਪਤਾ ਨਹੀਂ ਕਿੱਦਾਂ ਹੁੰਦਾ ਹੈ, ਤੇ ਤੁਹਾਨੂੰ ਠੀਕ ਲੱਗ ਰਿਹਾ? ਹਾਂਜੀ, ਬਿਲਕੁਲ ਠੀਕ। ਤੇ ਜਿਹੜੇ ਪਾਈਸ ਦੇ ਹੋਰ ਮਰੀਜ਼ ਨੇ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਬਹੁਤ ਵਧੀਆ ਆਪਣਾ ਹਸਪੀਟਲ ਹੈ ਜੀ, ਆਪਰੇਸ਼ਨ ਕਰਾਓ ਜੀ, ਕੋਈ ਦਿੱਕਤ ਨਹੀਂ ਹੈਗੀ। ਅਸੀਂ ਸਵੇਰੇ ਆਏ ਸੀਗੇ, ਹੁਣ ਸ਼ਾਮ ਨੂੰ ਆਪਣਾ ਘਰ ਵਾਪਸ ਚਲੇ ਜਾਓਗੇ ਜੀ।